ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਹ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਬਹੁਤ ਭਾਰੀ ਨੁਕਸਾਨ ਕੀਤਾ ਜੀ ਇੱਥੇ। ਪਰਮਾਤਮਾ ਦੀ ਕਰੋਪੀ ਦੇਖੋ, ਗੜੇ ਪੂਰੇ 10 ਮਿੰਟ ਗੜੇ ਪਏ ਜੀ। ਆ ਦੇਖੋ ਢੇਰ ਲਾ ਤੇ ਜਮਾਂ, ਆਹ ਦੇਖੋ ਜੀ, ਦੇਖੋ ਆਹ ਦੇਖੋ, ਆਹ ਦੇਖੋ ਗੜੇ ਬਾਹਲਾ ਵੱਡਾ ਨੁਕਸਾਨ ਕਰਤਾ ਜੀ। ਆਹ ਦੇਖੋ ਵੀ ਰੱਬ ਦੀ ਕਰੋਪੀ, ਬਹੁਤ ਰੱਬ ਕਰੋਪ ਹੋਇਆ ਪਿਆ। ਦੇਖੋ ਬੋਰਡ ਦਾ ਵੇਖੋ ਕਿਵੇਂ ਬੁਰਾ ਹਾਲ ਕੀਤਾ, ਅਤੇ ਫਸਲਾਂ ਤਾਂ ਬਾਈ ਹੋਣਾ ਹੀ ਹੈ। ਆਹ ਦੇਖੋ ਕਿਹੜੇ ਕਿਹੜੇ ਗੜੇ ਪਾਤੇ ਜੀ, ਉਹ ਦੇਖੋ ਜਮਾਂ ਚਿੱਟੀ ਕਰੀ ਪਈ ਹੈ ਧਰਤੀ। ਬਹੁਤ ਭਾਰੀ ਨੁਕਸਾਨ ਕੀਤਾ ਜੀ, ਅਤੇ ਹੁਣ ਕੀ ਪਰਮਾਤਮਾ ਮੂਹਰੇ ਜ਼ੋਰ ਨਹੀਂ ਚੱਲਦਾ। ਆਹ ਦੇਖੋ ਜੀ ਇਹ ਪਿੰਡ ਮਹਿਮਾ ਸਰਜੇ ਦੇ ਸਕੂਲ ਦੇ ਵਿੱਚ ਅਸੀਂ ਖੜ੍ਹੇ ਸੀ ਹੁਣ, ਅਤੇ ਬਹੁਤ ਭਾਰੀ ਨੁਕਸਾਨ ਕੀਤਾ ਜੀ। ਆਹ ਦੇਖੋ ਜਦੋਂ ਐਡਾ ਵੱਡਾ ਬੋਰਡ ਦਾ ਦਰੱਖਤ ਹੀ ਛਾਂਗਤਾ, ਅਤੇ ਬਈ ਕਣਕਾਂ ਨੂੰ ਤਾਂ ਨੁਕਸਾਨ ਹੋਣਾ ਹੀ ਆ, ਅਤੇ ਗੱਡੀਆਂ ਦਾ ਵੀ ਦੇਖਦੇ ਹਾਂ ਬਾਈ ਜੀ, ਗੱਡੀਆਂ ਦਾ ਨੁਕਸਾਨ ਹੋਣਾ। ਗੱਡੀਆਂ ਦਾ ਬਈ ਨੁਕਸਾਨ ਜਰ ਲਾਂਗੇ, ਪਰ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹ ਨਹੀਂ ਨਾ ਬਾਈ ਜਰਿਆ ਜਾਣਾ। ਦੇਖੋ ਦੇਖ ਬਾਈ ਗਿੜ ਗਿੜ ਚੜਾਏ ਪਏ ਆ ਬਾਈ, ਐਡੀ ਪਰਮਾਤਮਾ ਦੀ ਕਰੋਪੀ। ਕਿਉਂ ਪਰਮਾਤਮਾ 'ਤੇ ਇੱਕ ਤਾਂ ਸਰਕਾਰਾਂ ਕਰੋਪ ਹੋਈਆਂ ਪਈਆਂ, ਇੱਕ ਰੱਬ ਵੀ ਕਰੋਪ ਹੋ ਗਿਆ ਕਿਸਾਨਾਂ 'ਤੇ। ਹਾਂਜੀ ਹਾਂਜੀ ਬਹੁਤ ਭਾਰੀ ਨੁਕਸਾਨ ਹੈ ਜੀ, ਕੋਈ ਜ਼ੋਰ ਨਹੀਂ ਚੱਲਦਾ ਹੁਣ ਪਰਮਾਤਮਾ 'ਤੇ। ਆਹ ਦੇਖੋ ਜੀ ਪੂਰੇ ਭੱਜੇ ਡਲੇ ਵੱਡੇ ਡਲੇ ਵਾਂਗੂ, ਬਹੁਤ ਜ਼ਿਆਦਾ ਹੈ ਵੀ ਐਡੇ ਤਾਂ ਕਦੇ ਜ਼ਿੰਦਗੀ 'ਚ ਵੀ ਨਹੀਂ ਦੇਖੇ ਸੀ ਇੰਨੇ ਗੜੇ।